जी गुड मॉर्निंग सत श्री अकाल, की हाल चाल, किदा सारे ठीक ठाक वधिया। आपां तुहानूं लै के चलदे हां, अज संडे आ। अज आपां वैसे अमृतसर जाना सी ते अज नहीं जा होया क्योंकि उधर मिस्त्रियां दा वी औखा वा, मिस्त्रियां वास्ते हर चीज़ समान। अज इट भी लै के आउणी थोड़ी जी, तो भी लै के आउंदे हां, ते थोड़ा समान उत्थे घट वा, रेर रूत दा अरेंजमेंट करना पैणा, उहनां दी दिहाड़ी वी भजदी आ। ते चलो फिर आपां घरे मामे ला रहे पानी इधर, इधर बाथरूम की तैयारी करनी। अज आप 6-7 फुट का रखा बाथरूम, आ दीवारा चुकती हाँ 7-8 फुट। रेटा भी आ गई, जी रेटा ला रहे हैं। तो आप दोपहरे आए ही चाह लैन वास्ते, उन्हें आखिया उधरों चाह की लियानी, चलो इधरों लै जाने। अज विह गए ने सारे, चाह बनाओ तो चलिए। फिर चाह बन गई, चलो रल मिल के काम करने चाहिए। खलारा ना पा, फिर आके गया खलारा पा गई साड़ी कुड़ी आ के। चलो मोटरसाइकल अपना लगा, चाह बन गई, चलिए फिर लैके। चौड़ा रास्ता इधर, आप पहुंचे पट्ठे से, तो करा गेट थोड़ी घट ही देंगे, चलो लै चलते हैं। तेरे लक ना पाए बज जे राज, हां की कर चल के लाइ, रेत भी आ गई, रेटा भी आ गई, रेटा ला रहे। मोटरसाइकिल का हो गया टायर पंचर, आप खड़ोते बाईपास से जी। आप जा रहे हैं वापस घर नूं, बहुत ही ज्यादा डेकोरेशन की दिवाली करके, जिमें पैलेस नहीं हों इदा का लग रहा। आप आए उमरपुरे, उतो लवेंगे सब्जी, लाइट हो गई बंद। इधर लत रहे ने ज्वार दे फुलके, मामा जी ने याद करने हैं वड्डे मामा जी ने। ते इधर फुलके लत रहे ने ज्वार दे नाल, नाल गोभी दी सब्जी। नहीं नहीं मामी कवे ना कि याद नहीं करदे सानू, मैं वेलो याद करदी तन्नू सारे। सत श्री अकाल, वेलकम, की हाल चाल। तो हूँ आप जा रहे हैं अपने काम से, क्योंकि अपने प्लाट का काम भी चलन दिया वा, तो हम आपका काम भी आप पिछे नहीं पा सकते क्योंकि 3-4 दिन हो गए ने काम तो आप गए नहीं। तो बाकी हूँ जाना पैना क्योंकि काम उस काम तो बगैर भी साड़ी औखा वा, क्योंकि काम जो कदम पेंडिंग पे है, काम भी करने पैने, 2 किचन किसी 2 बेडरूम तैयार करने हैं। तो अपना काम करने के चक्कर मैं वो थोड़ा अगे पिछे करता, क्यों अगे करता मैं क्या, चलो तो हूँ अज वैसे काम चलन दिया, बंदे वैसे लगे है, तो मैं क्या चलो आप भी हम चलते हैं।
ਆਪੇ ਨਾਲ ਕਰੀਏ ਤਾਂ ਫਿਰ ਹੀ ਗੱਲ ਬਣਦੀ ਹੈ ਨਾ। ਅਤੇ ਬਾਕੀ ਕੰਮ ਤਾਂ ਚੱਲਦੇ ਰਹਿਣੇ ਜਿਹੜੇ ਹੁਣ ਚੱਲਣ ਡੇ, ਉਹਨਾਂ ਨੇ ਕਰੀ ਜਾਣਾ, ਮਿਸਤਰੀ ਲੱਗੇ ਨੇ ਉੱਥੇ ਹੈ ਨਾ, ਜੋ ਵੀ ਆਪਣਾ ਠੀਕ ਹੈ। ਅਤੇ ਡੈਡੀ ਹੁਣੀ ਵੀ ਹੈ ਵਾ, ਇਹ ਵਾ ਤਾਂ ਚਲੋ ਹੁਣ ਆਪਣਾ ਕੰਮ ਵੀ ਨਾਲ ਜ਼ਰੂਰੀ ਕਰਨਾ ਪੈਣਾ ਵਾ, ਤਾਂ ਫਿਰ ਲੈ ਕੇ ਚੱਲਦੇ ਹਾਂ ਤੁਹਾਨੂੰ। ਕਿਚਨ ਦੀ ਤਿਆਰੀ ਚੱਲਣ ਡੇ ਇੱਧਰ, ਮਾਲ ਵੱਢਤਾ ਆਪਾਂ, ਦੇਖੋ ਇੱਧਰ ਤਹਿ ਲਾ ਤੀ ਹੈ ਸਨੈਕਾ ਲਾ ਕੇ, ਚੱਲ ਰਿਹਾ ਬਿਲਕੁਲ ਲੱਗ ਰਿਹਾ ਇੱਧਰ। ਚਾਹ ਆਪਣੀ ਆ ਚੁੱਕੀ, ਚਾਹ ਪੀਏ। ਇਹੀ ਅੱਜ ਦਾ ਛੋਟਾ ਜਿਹਾ ਵਲੋਗ, ਜੇ ਵਲੋਗ ਵਧੀਆ ਲੱਗਾ ਤਾਂ ਕਮੈਂਟ 'ਚ ਜ਼ਰੂਰ ਕਰਿਓ, ਅਤੇ ਜਿਉਂ ਜਿਉਂ ਕੰਮ ਚੱਲਦਾ ਜਾਏਗਾ ਘਰ ਦਾ ਸਾਡੇ ਦਾ, ਤਿਉਂ ਤਿਉਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਕਿਉਂਕਿ ਕਈਆਂ ਦੇ ਕਮੈਂਟ ਵੀ ਕਾਫੀ ਸਾਨੂੰ ਆਏ ਕਿ ਭਾਅ ਜੀ ਤੁਸੀਂ ਅਜੇ ਸਾਰਾ ਇੱਕੋ ਹੀ ਲੈਂਟਰ ਪਾਓ, ਜਿਵੇਂ ਹੈ ਨਾ, ਅਸੀਂ ਤਾਂ ਸੋਚਿਆ ਚਲੋ ਦੋ ਕਮਰੇ, ਜਿਵੇਂ ਹੈ ਨਾ ਥੋੜ੍ਹਾ ਥੋੜ੍ਹਾ, ਜਿਵੇਂ ਆਪਣਾ ਹਰ ਕੇ ਇੱਦਾਂ ਆਉਂਦੇ ਹੁੰਦੇ ਨਾ, ਹਰ ਕਿਸੇ ਨੇ ਆਪਾਂ ਆਪਣਾ ਹਿਸਾਬ ਲਾਇਆ ਹੁੰਦਾ ਹੈ ਨਾ, ਜਿਵੇਂ ਕਹਿੰਦੇ ਕਈ ਸਿਆਣੇ ਕਿ ਚਾਦਰ ਵੇਖ ਕੇ ਫਿਰ ਹੀ ਪੈਰ ਪਸਾਰਨੇ ਚਾਹੀਦੇ ਹੈ ਨਾ। ਉਸ ਹਿਸਾਬ ਨਾਲ ਹੀ ਮਤਲਬ ਹਰ ਇੱਕ ਬੰਦਾ ਆਪਣਾ ਬਜਟ ਦੇਖ ਕੇ ਤਾਂ ਫਿਰ ਹੀ ਕੰਮ ਕਰਦਾ ਹੈ ਨਾ। ਚਲੋ ਉਸ ਹਿਸਾਬ ਨਾਲ ਹੀ ਵੀ ਚੱਲਣ ਡੇ, ਜਿਉਂ ਜਿਉਂ ਚਲੋ ਪਰਮਾਤਮਾ ਕਿਰਪਾ ਕਰਦਾ ਜਾਊਗਾ ਤਾਂ ਉਸ ਹਿਸਾਬ ਨਾਲ ਹੀ ਹੌਲੀ ਹੌਲੀ ਕਰਦੇ ਜਾਵਾਂਗੇ। ਫਿਲਹਾਲ ਤਾਂ ਜੇ ਲੈਂਟਰ ਦਾ ਨਹੀਂ ਸੋਚਿਆ, ਅਸੀਂ ਆਖਿਆ ਚਲੋ ਜਿੱਦਾਂ ਥੋੜ੍ਹੀ ਉੱਥੇ ਵਸੋਂ ਆਪਾਂ ਕਰ ਲਈਏ, ਬਲਗਣ ਛਲਗਣ ਕਰਕੇ ਇੱਕ ਦੋ ਕਮਰੇ ਪਾ ਕੇ, ਅਤੇ ਮਤਲਬ ਬਾਥਰੂਮ ਵਗੈਰਾ ਉੱਥੇ ਪਾ ਕੇ, ਅਤੇ ਬਾਕੀ ਚੱਲ ਉਹਨੂੰ ਕਰ ਲੈਂਦੇ ਥੋੜ੍ਹਾ ਬਹੁਤ ਟੀਨਾ ਛੀਨਾ ਵਗੈਰਾ ਪਾ ਕੇ, ਹੈ ਨਾ। ਅਤੇ ਫਿਰ ਉਸ ਹਿਸਾਬ ਨਾਲ ਫਿਰ ਉਹਨੂੰ ਹੌਲੀ ਹੌਲੀ ਉਹਨੂੰ ਡਿਵੈਲਪਮੈਂਟ ਕਰਦੇ ਜਾਵਾਂਗੇ, ਜਿਉਂ ਜਿਉਂ ਹੈ ਨਾ ਸਹਿਜੇ ਸਹਿਜੇ ਫਿਰ ਕੰਮ ਹੁੰਦੇ ਜਾਣਗੇ ਸਾਰੇ ਪਰਮਾਤਮਾ ਦੀ ਕਿਰਪਾ ਦੇ ਨਾਲ। ਅਤੇ ਬਹੁਤ ਐਂਡ ਤੱਕ ਜੁੜੇ ਰਿਹਾ ਕਰੋ, ਅਤੇ ਆਪਣੀ ਰਾਏ ਵੀ ਦਿਆ ਕਰੋ ਕੁਛ ਕਮੈਂਟਾਂ ਦੇ ਵਿੱਚ, ਠੀਕ ਜੀ ਨਾ। ਕਈ ਦਿੰਦੇ ਰਹੇ ਸਾਡੇ ਕੋਲ ਨਾਂ, ਕਈਆਂ ਦਾ ਨਹੀਂ ਲਿਆ ਜਾਂਦਾ ਹੈ ਨਾ, ਕਈਆਂ ਨੂੰ ਬਹੁਤ ਪਿਆਰ ਕਰਦੇ ਨੇ, ਸਾਡਾ ਨਾਂ ਵੀ ਲਿਆ ਕਰੋ। ਜਿਨ੍ਹਾਂ ਦਾ ਨਾਂ ਨਹੀਂ ਲਿਆ ਜਾਂਦਾ ਉਹਨਾਂ ਵਾਸਤੇ ਉਹਨਾਂ ਕੋਲ ਮਾਫ਼ੀ ਚਾਹੁੰਦੇ ਅਸੀਂ ਹੈ। ਅਤੇ ਬਾਕੀ ਜੇ ਵਲੋਗ ਵਧੀਆ ਲੱਗਾ ਤਾਂ ਕਮੈਂਟ 'ਚ ਜ਼ਰੂਰ ਕਰਿਓ। ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ। ਸਾਡੇ ਵਲੋਗ ਥੋੜ੍ਹੇ ਜਿਹੇ ਲੇਟ ਹੋ ਜਾਂਦੇ, ਉਹਦੀ ਗੱਲ ਕੋਈ ਕਿਸੇ ਦੋ ਦਿਨ ਕਿਸੇ ਵੇਲੇ ਤਿੰਨ ਦਿਨ, ਸਾਡੇ ਕੋਲ ਰੈਗੂਲਰ ਵਲੋਗ ਨਹੀਂ ਪੈਂਦੇ, ਕਿਉਂਕਿ ਕੰਮ ਵੀ ਦੇਖਣਾ ਹੁੰਦਾ, ਕੰਮ 'ਤੇ ਵੀ ਜਾਣਾ ਹੁੰਦਾ। ਉਸ ਹੁੰਦਾ ਫਿਰ ਕਿਸੇ ਵੇਲੇ ਕੰਮ 'ਤੇ ਵੀ ਵੀਡੀਓ ਬਣਦੀ, ਕਿਸੇ ਵੇਲੇ ਨਹੀਂ ਬਣਦੀ, ਹੈ ਨਾ। ਚਲੋ ਠੀਕ ਹੈ, ਬਾਏ, ਗੁੱਡ ਨਾਈਟ, ਰੱਬ ਰੱਖਾ।